ਮੋਗਾ ਦੇ ਪਿੰਡ ਖਾਸਾ ਕੋਟਲਾ ਵਿੱਚ ਖੂਨੀ ਝੜਪ ਸਾਹਮਣੇ ਆਈ ਹੈ। ਇੱਕ ਘਟਨਾ ਸੈਰ ਕਰਦੇ ਸਮੇਂ ਵਾਪਰੀ ਜਦੋਂ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਦੋਹਾਂ ਧਿਰਾਂ ਵਿਚਕਾਰ ਗੋਲੀਬਾਰੀ ਹੋਈ ਅਤੇ ਸਰਪੰਚ ਵੀਰ ਸਿੰਘ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਜਾਂਚ ਵਿੱਚ ਜੁਟ ਗਈ ਹੈ। ਜਿਹੜਾ ਵੀਰ ਸਿੰਘ ਸਰਪੰਚ ਅਤੇ ਉਹਦੇ ਨਾਲ ਰਣਜੀਤ ਸਿੰਘ ਦੀ ਮੌਤ ਹੋਈ ਆ, ਬੜਾ ਹੀ ਮੰਦਭਾਗਾ, ਬਹੁਤ ਮਾੜੀ ਘਟਨਾ ਵਾਪਰੀ ਆ, ਜਿਹਦੇ ਨਾਲ ਪਿੰਡਾਂ ਦੀਆਂ ਬਰਬਾਦੀਆਂ ਹੋ ਜਾਂਦੀਆਂ। ਬਹੁਤ ਅਸੀਂ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਪਰ ਜੇ ਅਸੀਂ ਗੱਲ ਕਰੀਏ ਅੱਜ ਜਿਹੜੇ ਸਰਪੰਚ ਜਾਂ ਪੰਚ, ਉਹ ਸਰਕਾਰਾਂ ਦੇ ਦੁਖੀ ਕੀਤੇ ਹੋਏ ਆ, ਉਹ ਸਰਕਾਰਾਂ ਦੇ ਦੁਖੀ ਕੀਤੇ ਹੋਏ, ਉਹਦੇ ਨਾਲ ਪਿੰਡਾਂ ਦੇ ਵਿੱਚ ਤਣਾਅ ਵੱਧ ਚੁੱਕੇ ਆ। ਕਈ ਵਾਰਾਂ ਇਸ ਸਰਪੰਚ ਨੂੰ ਸਸਪੈਂਡ ਕੀਤਾ ਗਿਆ, ਫਿਰ ਸਟੇ ਲਿਆਉਂਦਾ ਸੀ। ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਲਾ ਲਾ ਕੇ ਇਹ ਜਿਹੜੀਆਂ ਮੌਤਾਂ ਹੋਈਆਂ ਗਈਆਂ, ਅਤੇ ਬਹੁਤ ਮੰਦਭਾਗਾ ਜੋ ਕੁਛ ਇਹਨਾਂ ਨੇ ਕੀਤਾ ਸੀ। ਪਹਿਲਾਂ ਪੰਚਾਇਤਾਂ ਭੰਗ ਕੀਤੀਆਂ, ਫਿਰ ਬਹਾਲ ਕੀਤੀਆਂ। ਇਹ ਪੰਚਾਇਤਾਂ ਦਾ ਜਿਹੜਾ ਹਰੇਕ ਪੰਚਾਇਤ ਨੂੰ ਸਰਪੰਚ ਨੂੰ ਜੋ ਵੀ ਕੁਛ ਕਾਂਗਰਸ ਪਾਰਟੀ ਜਾਂ ਅਕਾਲੀ ਪਾਰਟੀ ਨਾਲ ਸੰਬੰਧ ਰੱਖਦਾ ਉਹਨੂੰ ਬੜਾ ਪਰੇਸ਼ਾਨ ਕੀਤਾ ਜਾਂਦਾ। ਇਹ ਸਾਰਾ ਪਰੇਸ਼ਾਨੀਆਂ ਦਾ ਨਤੀਜਾ ਜਿਹੜਾ ਅੱਜ ਇਹ ਘਟਨਾ ਵਾਪਰੀ। ਜੇ ਗੱਲ ਕਰੀਏ ਲਾਅ ਐਂਡ ਆਰਡਰ ਦੀ, ਜਿਹੜੀ ਸਰਕਾਰ ਵੱਲੋਂ ਕੀਤੀ ਜਾ ਰਹੀ, ਉਹਦੇ ਕਿਵੇਂ ਦੇਖਦੇ? ਲਾਅ ਐਂਡ ਆਰਡਰ ਦੀ ਤਾਂ ਸਥਿਤੀ ਜਿਹੜੀ ਆ ਉਹ ਤੁਸੀਂ ਦੇਖ ਚੁੱਕੇ ਆ, ਬਹੁਤ ਮਾੜੀ ਹੈਗੀ ਆ। ਇਹਦੇ 'ਚ ਕਿੰਨੀਆਂ ਘਟਨਾ ਵਾਪਰ ਗਈਆਂ। ਇਸ ਤੋਂ ਪਹਿਲਾਂ ਡਾਲੇ ਵਾਲੀ ਘਟਨਾ ਵਾਪਰੀ, ਆਹ ਜਿਹੜੀ ਹੁਣ ਵਾਪਰੀ ਹੈਗੀ ਆ ਬਹੁਤ ਮੰਦਭਾਗੀ ਆ। ਪਰ ਸਰਕਾਰਾਂ ਨੂੰ ਇਹਦਾ ਕੋਈ ਫਿਕਰ ਨਹੀਂ ਗਾ। ਸਰਕਾਰ ਤਾਂ ਕਹੀ ਜਾਂਦੀ ਆ, ਇੱਕ ਮੇਰਾ ਖਿਆਲ ਮਿਨਿਸਟਰ ਦਾ ਬਿਆਨ ਵੀ ਆਇਆ ਸੀ ਕਿਰਾਂ ਵੀ ਅੱਗੇ ਨੂੰ ਕਤਲ ਘੱਟ ਹੋਏ ਆ, ਉਹ ਵੀ ਮੇਰੇ ਖਿਆਲ ਮਿਨਿਸਟਰ ਦਾ ਬਿਆਨ ਆਇਆ ਸੀ। ਪਰ ਉਹ ਜਿਹੀਆਂ ਘਟਨਾ ਜਿਹੜੀਆਂ ਹੈਗੀਆਂ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਪਾਰਟੀਆਂ ਬਾਜੀਆਂ ਬਣ ਗਈਆਂ, ਅਤੇ ਜਿਹੜੀਆਂ ਦੁਸ਼ਮਣੀਆਂ ਬੜੀਆਂ ਲੰਮੀਆਂ ਜਾਂਦੀਆਂ, ਬਹੁਤ ਇਹ ਮੰਦਭਾਗੀ ਆ। ਅਸੀਂ ਇਹਦੀ ਬਹੁਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ, ਪਰ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਕਰਨਾ ਅਸੀਂ ਬਾਈ ਸੈਰ ਕਰਕੇ ਆ ਰਹੇ ਸੀ ਉੱਧਰੋਂ, ਮੈਂ ਅਤੇ ਸਰਪੰਚ ਸਾਹਿਬ, ਇੱਕ ਮੁੰਡਾ ਇਹ ਰਣਜੀਤ ਸੀਗਾ ਅਤੇ ਦੋ ਜਣੇ ਹੋਰ ਸੀ ਸਾਡੇ ਨਾਲ, ਪਿਆਰਾ ਸਿੰਘ ਅਤੇ ਦੇਵ ਸਿੰਘ। ਅਸੀਂ ਉੱਧਰੋਂ ਸੈਰ ਕਰਕੇ ਆ ਰਹੇ ਸੀਗੇ ਅਤੇ ਰਾਹ 'ਚ ਇਹਨਾਂ ਨੇ ਸਾਨੂੰ ਘੇਰਾ ਪਾ ਕੇ ਅਤੇ ਸਾਡੇ 'ਤੇ ਹਮਲਾ ਕਰਤਾ ਜੀ। ਸਰਪੰਚ ਸਾਹਿਬ ਕੀ ਨਾਮ ਸੀ ਉਹਨਾਂ ਦਾ? ਸਰਪੰਚ ਵੀਰ ਸਿੰਘ ਜੀ। ਮੌਜੂਦਾ ਸਰਪੰਚ ਸੀ? ਹਾਂਜੀ, ਮੌਜੂਦਾ ਸਰਪੰਚ ਕਾਂਗਰਸ ਵੱਲੋਂ ਜੀ। ਜਿਨ੍ਹਾਂ ਨੇ ਹਮਲਾ ਕੀਤਾ ਉਹ ਆਮ ਆਦਮੀ ਪਾਰਟੀ ਦੇ? ਕਿੰਨੇ ਕੁ ਲੋਕ ਸੀ ਹਮਲਾ ਕਰਨ ਆਏ? 15 ਤੋਂ 20 ਬੰਦੇ ਸੀਗੇ ਜੀ। ਕਿੰਨੇ ਲੋਕਾਂ ਦੀ ਡੈਥ ਹੋ ਚੁੱਕੀ ਆ? 2.5 ਬੰਦੇ ਦੀ ਡੈਥ ਹੋ ਗਈ ਜੀ। ਕੌਣ ਕੌਣ ਸੀ ਬੰਦੇ, ਕੀ ਨਾਮ ਉਹਨਾਂ ਦਾ? ਇੱਕ ਸਰਪੰਚ ਵੀਰ ਸਿੰਘ ਅਤੇ ਰਣਜੀਤ ਸਿੰਘ ਮੁੰਡਾ ਜੀ। ਰਣਜੀਤ ਸਿੰਘ ਕੌਣ ਸੀ? ਰਣਜੀਤ ਸਿੰਘ ਸਾਡੇ ਪਿੰਡੋਂ ਸੀ ਮੁੰਡਾ, ਸਰਪੰਚ ਸਾਹਿਬ ਦਾ ਨਾਲ ਹੀ ਰਹਿੰਦਾ ਹੁੰਦਾ ਸੀ। ਕਿਸ ਚੀਜ਼ ਨਾਲ ਉਹਨੇ ਹਮਲਾ ਕੀਤਾ ਜੀ? ਉਹਨਾਂ ਨੇ ਹਥਿਆਰ ਸੀ ਉਹਨਾਂ ਕੋਲੇ ਜੀ, ਰਫਲਾਂ ਸੀਗੀਆਂ ਅਤੇ ਪਿਸਟਲ ਸੀਗੇ। ਕਿੰਨੇ ਗੋਲੀਆਂ ਲੱਗੀਆਂ ਉਹਨਾਂ ਦੀ? ਨਹੀਂ ਮੈਨੂੰ ਨਹੀਂ ਇਸ ਦਾ ਪਤਾ, ਹਲੇ ਨਹੀਂ ਪਤਾ ਸਾਨੂੰ। ਸੁਰਿੰਦਰ ਜੀ ਸਿੰਘ। ਸੁਰਿੰਦਰ ਜੀ, ਕੀ ਹੋਇਆ ਤੁਹਾਡੇ ਨਾਲ? ਹਾਸਾ ਕੀ ਹਾਸਾ ਹੋਇਆ ਪਿੰਡ 'ਚ? ਇਹ ਤਾਂ ਪੁਰਾਣੀ ਲਾਕਡਾਊਨ ਸੀਗੀ। ਅਤੇ ਕੀ ਹੋਇਆ ਤੁਹਾਡੇ, ਕੀ ਲੱਗਿਆ? ਗੰਨ ਫੈਰ ਲੱਗੀ ਪਿਸਟਲ। ਕਿਹਨਾਂ ਨੇ ਮਾਰੀ? ਸਰਪੰਚ ਨੇ ਚਲਾਈ ਸੀ। ਹੋਰ ਕਿਤੇ ਕਿਤੇ ਲੱਗੀ ਗੋਲੀ? ਕੁੱਕ ਤਾਂ ਨਾਲ ਸੀਗੇ, ਇੱਕ ਅੰਕਲ ਸੀਗਾ ਛੜਾਉਂਦਾ ਸੀਗਾ। ਅੱਛਾ ਜੀ। ਉਹਦੇ ਵੱਜੀ ਹੋਰ ਇੱਕ ਸਰਪੰਚ ਦੇ ਵੱਜੀਆਂ। ਅਤੇ ਮਾਮਲਾ ਕੀ ਹੋਇਆ ਸਾਰਾ? ਮਾਮਲਾ ਕਿ ਪੁਰਾਣੇ ਸੀਗਾ ਜੀ, ਫੋਨ 'ਤੇ ਰਿਕਾਰਡਿੰਗਾਂ ਰਕੂਡੀਆਂ ਪਹਿਲਾਂ ਪਾਉਂਦਾ ਸੀਗਾ। ਅੱਛਾ ਜੀ। ਹਾਂਜੀ, ਗਲਤ ਫਲਤ ਬੋਲਦਾ ਫੋਨ 'ਤੇ ਪਹਿਲਾਂ। ਠੀਕ ਹੈ ਜੀ। ਪੁਰਾਣੇ ਇਹਦੇ ਨਾਲ ਕੇਸ ਕੂਸ ਚੱਲਦੇ ਸੀ। ਅੱਛਾ ਜੀ। ਅਤੇ ਰਾਤੀ ਕੀ ਹੋਇਆ? ਰਾਤੀ ਕਿਹਨੇ ਜ਼ਿਆਦਾ ਹੁਣ ਬੋਲਣ ਲੱਗ ਗਿਆ ਸੀਗਾ ਵਿੱਚੋਂ, ਅਤੇ ਸੁਬਾਹ ਇਹਨੇ ਕਿਹਾ ਸੀ, ਕਹਿੰਦੇ ਸੁਬਾਹ ਉੱਥੇ ਆ ਜਾਓ, ਜਦੋਂ ਗਏ ਨੇ ਅੱਗੋਂ ਫਿਰ ਚਲਾਤੀ। ਕਿੰਨੇ ਕੁ ਜਾਣੇ ਸੀ ਉਹ? ਉਹ ਸੀਗੇ ਬਾਬਾ ਜਾਣੇ। ਕਿੰਨੇ ਸਾਰੇ ਕੋਲ ਸਾਰਾ ਸੀ? ਵਿੱਚੋਂ ਹੀ ਕਈਆਂ ਬੰਦਿਆਂ ਕੋਲ ਸੀਗੇ, ਤੁਹਾਡਾ ਬੰਦੇ ਅਣ ਪਛਾਤੇ ਸੀ। ਤੁਹਾਡਾ ਕੀ ਨਾਮ? ਸੁਰਿੰਦਰ ਜੀ ਸਿੰਘ। ਕੀ ਨਾਮ ਤੁਹਾਡਾ? ਕੁਲਵਿੰਦਰ ਕੌਰ। ਇਹ ਲੱਗਦਾ ਤੁਸੀਂ ਨੋ ਕੀ ਗੱਲ ਹੋਈ ਸੀਗੀ ਮੈਮ? ਸਰ ਸਾਨੂੰ ਪਤਾ ਹੀ ਕੁਛ ਨਹੀਂ, ਰੋਜ਼ ਸੈਰ ਕਰਨ ਜਾਂਦੇ ਸੀ, ਡੇਲੀ ਜਾਂਦੇ ਸੀ, ਅੱਜ ਵੀ ਗਏ ਸੀਗੇ, ਅਤੇ ਬਸ ਉਹਨਾਂ ਨੂੰ ਸਾਨੂੰ ਫੋਨ ਆਇਆ ਬੱਚੇ ਨੂੰ ਕਿਸੇ ਦਾ ਵੀ ਡੈਡੀ ਦਾ ਮਤਲਬ ਕਿ ਸੱਟਾ ਵੱਜੀ ਆ, ਉਹ ਬੱਚਾ ਚਲੇ ਗਿਆ, ਮਗਰ ਅਸੀਂ ਚਲੇ ਗਏ। ਬਸ ਅਸੀਂ ਇੰਨਾ ਵੇਖਿਆ ਵੀ ਡੈਡੀ ਨੂੰ ਅਤੇ ਇੱਕ ਜਿਹੜਾ ਨਾਲ ਮੁੰਡਾ ਹੋਰ ਦੇ ਜੀ ਡੈਥ ਹੋਈ ਆ,
ਤੇ ਉਹਨਾਂ ਨੂੰ ਗੱਡੀ 'ਚ ਪਾਇਆ ਵਾ। ਇਦੋਂ ਬਿਨਾਂ ਸਾਨੂੰ ਕੁਛ ਨਹੀਂ ਪਤਾ। ਬਾਕੀ ਅਸੀਂ ਜ਼ਿਆਦਾ ਨਹੀਂ ਬਿਆਨ ਦੇਣੇ, ਉਹਨਾਂ ਦੇ ਬੱਚੇ ਬਾਹਰ ਆ, ਉਹ ਆਉਣਗੇ, ਉਹ ਆ ਕੇ ਕਰਨਗੇ, ਕਿਉਂਕਿ ਸਾਡੇ 'ਤੇ ਮੁਸੀਬਤ ਪਈ। ਅਸੀਂ ਕੋਈ ਨਹੀਂ ਬਿਆਨ ਦੇ, ਬੋਲਣ ਯੋਗ ਹੈ, ਅਸੀਂ ਕੋਈ ਬਿਆਨ ਨਹੀਂ ਦੇਣਦੇ। ਪਿੰਡ ਕੋਸਾ ਪਾਂਡਲਾ ਦੇ ਵਿੱਚ ਦੋ ਗਰੁੱਪ ਕੇ ਆਪਸ ਮੇਂ ਲੜਾਈ ਹੋਈ ਹੈ, ਉੱਤੇ ਫਾਇਰਿੰਗ ਹੋਈ ਹੈ। ਉਸ ਲੜਾਈ ਕੇ ਦੌਰਾਨ ਦੋ ਵਿਅਕਤੀ ਨੂੰ ਮੌਤ ਹੋ ਗਈ ਹੈ ਔਰ ਬਾਕੀ ਇੱਕ ਬੰਦਾ ਜ਼ਖਮੀ ਹੈ, ਉਹ ਮੈਡੀਸਿਟੀ ਹਾਸਪਿਟਲ ਮੇਂ ਦਾਖਲ ਹੈ। ਪੁਲਿਸ ਮੌਕਾ ਪਰ ਪਹੁੰਚ ਗਈ ਹੈ। ਅਭੀ ਵੈਸੇ ਸਿਚੁਏਸ਼ਨ ਅੰਡਰ ਕੰਟਰੋਲ ਹੈ। ਅਸੀਂ ਜਾਂਚ ਸ਼ੁਰੂ ਕਰ ਦਿੱਤਾ ਇਹ ਦੋਨੋਂ ਗਰੁੱਪ ਕੇ ਆਪਸ ਮੇਂ ਕਿਉਂ ਲੜਾਈ ਹੋਈ ਹੈ। ਅਸੀਂ ਮੈਟਰ ਆਫ ਇਨਵੈਸਟੀਗੇਸ਼ਨ ਹੈ, ਅਸੀਂ ਵੈਰੀਫਾਈ ਕਰ ਰਹੇ ਹਾਂ, ਅਸੀਂ ਹੁਣ ਅਗਲੀ ਕਾਰਵਾਈ ਕਰ ਰਹੇ ਹਾਂ। ਇੱਕ ਵੀਰ ਸਿੰਘ ਵੀਰ ਸਿੰਘ ਹੈ, ਦੋਨੋਂ ਕੋ ਮੌਤ ਹੋਈ ਹੈ ਔਰ ਬਾਕੀ ਇੱਕ ਮੈਡੀਸਿਟੀ ਮੇਂ ਇੱਕ ਦਾਖਲ ਹੈ। ਬਾਕੀ ਅਭੀ ਵੈਰੀਫਾਈ ਕਰ ਰਹੇ ਹੈ ਐਗਜੈਕਟਲੀ ਕਿਉਂ ਕਾਰਨ, ਕਿਆ ਕਾਰਨ ਹੈ, ਦੋਨੋਂ ਗਰੁੱਪ ਕੇ ਆਪਸ ਮੇਂ ਕਿਉਂ ਲੜਾਈ ਹੋਈ ਹੈ, ਉਹ ਅਸੀਂ ਤਸਦੀਕ ਕਰ ਰਹੇ ਹਾਂ। हाँ ये सरपंच है, ये सब गोलियां चली हैं, क्या मामला है? देखो वो तो मैंने आपको बता दिया, तस्दीक करना है अभी, क्योंकि साढ़े को पहला तो इधर बारे में आइडिया नहीं सी। अचानक इन दी लड़ाई होने के बारे में सानू तला मिली है, असी मौके पर पहुंच गए। बाकी हूँ पूरी डिटेल्ड इन्वेस्टिगेशन करन तो ही पता लगेगा आपस से की है की नहीं है, हूँ असी केस रजिस्टर करके अगली कार्रवाई कराएंगे। हाँ जी सर, जख्मी भी कितने दे विच जी? नहीं वो अभी गिनती नहीं है, अभी यहाँ पे तो एक और जख्मी है, बाकी उधर मेडिसिन हॉस्पिटल जाके देखेंगे, वेरीफाई कराएंगे।